ਇੱਕ ਵੀਡੀਓ ਤੇ ਜਿਹਦੇ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਲੜਕੀ ਆਪਣੇ ਘਰ ਦੀ ਛੱਤ ਉੱਤੇ ਖੜ ਕੇ ਸੱਟ ਫਾਇਰ ਕਰਦੀ ਹੈ ਹਮਨਪਾਲ ਜੀ ਤੁਹਾਡੀ ਬੇਟੀ ਹੈ ਜਿਨੇ ਜਿਹੜੀ ਫਾਇਰਿੰਗ ਹਾਂਜੀ ਹਾਂਜੀ ਮੇਰੀ ਬੇਟੀ ਹੈ 1 ਜਨਵਰੀ 2022 ਦੀ ਰਾਤ ਨੂੰ 12:38 ਮਿੰਟ ਤੇ ਇਹ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਉਸੇ ਵੇਲੇ ਹੀ ਡਿਲੀਟ ਕਰ ਦਿੱਤੀ ਗਈ ਇਹ ਜਿਹੜਾ ਪਿਸਤੌਲ ਹੈ ਜਿਹਦੇ ਨਾਲ ਗੋਲੀ ਚੱਲਦੀ ਪਈ ਹੈ ਇਹ ਕਿਦਾ ਮੇਰਾ ਆਪਣਾ ਜੀ ਹਾਸਨਸੀ ਹੈ লাইਸੈਂਸੀ ਹੈ ਜੀ ਕਿੰਦੀ ਤੇ ਪਹਿਲਾਂ ਤੁਸੀਂ ਲਾਇਸੈਂਸ ਬਣਾਇਆ ਕਦੋਂ ਦੀ ਤੁਹਾਡੀ ਪਿਸਤੌਲ ਤੁਹਾਡੇ ਕੋਲ 2 ਸਾਲ ਪੁਰਾਣਾ ਜੀ ਮੇਰਾ ਬਿਜ਼ਨਸ ਹੈ ਆਪਣਾ ਰੈਸਟੋਰੈਂਟ ਹੈ ਮੇਰਾ ਨਾਲ ਮੇਰੇ ਕੋਲ 7-8 ਗੱਡੀਆਂ ਨੇ ਆਈਸਕ੍ਰੀਮ ਦੀਆਂ ਇਸ ਕਰਕੇ ਸਾਡਾ ਕੋ ਕੈਸ਼ ਹੁੰਦਾ ਹੈ ਇਸ ਕਰਕੇ ਅਸੀਂ ਆਪਣੀ ਸੇਫਟੀ ਬਾਤ ਤੇ ਰੱਖਿਆ ਹੋਇਆ ਐ ਟਾਈਮ ਦੇਖ ਸਕਦੇ ਹੋ ਜਿਵੇਂ ਕਿ 1 ਜਨਵਰੀ 2022 12:38 ਮਿੰਟ ਦੇ ਉੱਤੇ ਤੁਸੀਂ ਇਹ ਪੋਸਟ ਪਾਈ ਸੀ ਕਿ ਡੀਡ ਕੀਤੀ ਸੀ ਡਿਲੀਟ ਕੀਤੀ ਹੈ ਜਾਨੀ ਕਿ ਉਸ ਤੋਂ ਪਹਿਲਾਂ ਪਾਈ ਸੀ ਤੇ 1 ਮਿੰਟ ਤੇ ਹੋਈ ਹੈ ਜੀ ਫਾਇਰਿੰਗ 12:38 ਮਿੰਟ ਤੇ ਡਿਲੀਟ ਹੋ ਚੁੱਕੀ ਹੈ ਇਹ ਕੁਝ ਕੁ ਜੇ ਸ਼ਰਾਰਤੀ ਅਨਸਰ ਨੇ ਇਹਨਾਂ ਨੇ ਸਾਡੀ ਬੇਟੀ ਦੀ ਵੀਡੀਓ ਵਾਇਰਲ ਅੱਜ ਸਵੇਰ ਦੀ ਇਹਦੇ ਤੇ ਕੀਤੀ ਹੋਈ ਹੈ ਚੈਨਲਾਂ 'ਤੇ ਦੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਲੜਕੀ ਤੁਹਾਡੀ ਲੜਕੀ ਦੀ ਸਹੇਲੀ ਹੈ ਉਹਨਾਂ ਦਾ ਸਾਲ ਪਹਿਲਾਂ ਹੀ ਪਲਾਨ ਸੀ ਕਿ ਆਪਾਂ ਵੀਡੀਓ ਆਪਣੇ ਕੋਲ ਸਾਂਭ ਕੇ ਰੱਖੀਏ ਜਦੋਂ ਸਾਨੂੰ ਲੋੜ ਪੈਗੀ ਤਾਂ ਆਪਾਂ ਇਹਨੂੰ ਵਾਇਰਲ ਕਰਾਂ ਖਾਜੀ ਜੀ ਉਹਨਾਂ ਨੂੰ ਜੋ ਲੋਡ ਪਈ ਆ ਉਹਨਾਂ ਨੇ ਤਾਂ ਹੀ ਕੱਲ ਚੌਂਕੀ ਗਿਆ ਵੀ ਤੁਹਾਡਾ ਨਾ ਸੀ ਵੇਖਣਾ ਜੇ ਤੁਸੀਂ ਨਾ ਬੰਦੇ ਦੇ ਪੁੱਤ ਬਣੇ ਇਨਾਂ ਨੇ ਕਾਲੀ ਧਮਕੀ ਦਿੱਤੀ ਜੀ ਉੱਥੇ ਮੈਨੂੰ ਚੌਂਕੀ ਇਹ ਜੀ ਸਾਡੀ ਕਲੋਨੀ ਦੇ ਨੇ ਜੀ ਮਤਲਬ ਚਾਂਦੇ ਵੀ ਇਨੂੰ ਤੇ ਰਹਿਣ ਵਾਲੇ ਆ ਉਹਨਾਂ ਨੇ ਵੀਡੀਓ ਕਿਤੇ ਰੱਖੀ ਆ ਤੇ ਉਹਨਾਂ ਨੇ ਜਦੋਂ ਪਤਾ ਲੱਗਾ ਵੀ ਇਹਨਾਂ ਦਾ ਰਾਜੀ ਨਾਵਾ ਨਹੀਂ ਹੁੰਦਾ ਉਹਨਾਂ ਨੇ ਮੇਰੇ ਨਾਲ ਇਹ ਰਾਜੀ ਨਾਵਾ ਕਰਨ ਦੀ ਬਾਅਦੂ ਦੇ ਇਹਨਾਂ ਨੇ ਮੇਰੇ ਨਾਲ ਹੁਣ ਧੱਕਾ ਕਰਨ ੜੇ ਕਿ ਵੀਡੀਓ ਵਾਇਰਲ ਕਰਦੇ ਆ ਮੈਂ ਸ਼ਰਨ ਸਾਹਿਬ ਦੇ ਤਰਖਾਸ ਦਊਂਗਾ ਉਹਨਾਂ ਦੇ ਖਿਲਾਫ ਕਿ ਮੇਰੀ ਬੇਟੀ ਦੀ 13 ਸਾਲ ਦੀ ਏਜ ਦੇ ਵਿੱਚ ਇਹਨਾਂ ਨੇ ਮੇਰੀ ਬੇਟੀ ਦੀ ਵੀਡੀਓ ਵਾਇਰਲ ਕੀਤੀ ਹੈ ਜੋ ਕਿ ਨਿਊਜ਼ ਚੈਨਲਾਂ 'ਤੇ ਆ ਰਹੀ ਹੈ ਸਵੇਰ ਦੀ ਅੱਜ। ਲੱਗਦਾ ਕਿ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਨੂੰ ਜਾਣ ਦੇਣਾ ਚਾਹੀਦਾ ਗੋਲੀ ਚਲਾਨੀ ਕੋਈ ਚੰਗੀ ਗੱਲ ਨਹੀਂ। ਨਹੀਂ ਜੀ ਬਿਲਕੁਲ ਇਹ ਗਲਤ ਹੈ ਗਲਤ ਹੈਗਾ ਇਹ ਤੇ ਕਰਨਾ ਹੀ ਨਹੀਂ ਚਾਹੀਦਾ। ਅਸੀਂ ਇਹ ਗੱਲ ਨੂੰ ਵੀ ਗਲਤੀ ਫੀਲ ਕਰਦੇ ਹਾਂ ਵੀ ਅਸੀਂ ਮਤਲਬ ਗਲਤ ਕੀਤਾ ਹੈ। ਜੇਕਰ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਤਾਂ ਉਹਦੇ ਉੱਤੇ ਇਮੀਡੀਏਟਲੀ ਐਕਸ਼ਨ ਲੈਣ ਦੀ ਗੱਲ ਸਰਕਾਰਾਂ ਵੱਲੋਂ ਜਦੋਂ ਦੀ ਕੀਤੀ ਗਈ ਹੈ ਉਦੋਂ ਤੋਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਹੜੇ ਲੋਕ ਆਪਣੀ ਦੁਸ਼ਮਣੀ ਕੱਢਣਾ ਚਾਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਆਪਣੇ ਦੁਸ਼ਮਣ ਦੀ ਕੋਈ ਇਸ ਤਰ੍ਹਾਂ ਦੀ ਵੀਡੀਓ ਲੱਭਦੇ ਆ ਜਿਹਦੇ ਵਿੱਚ ਉਹ ਹਥਿਆਰ ਲੈ ਕੇ ਖੜਾ ਹੁੰਦਾ ਜਾਂ ਫਿਰ ਗੋਲੀ ਚਲਾਉਂਦਾ ਹੁੰਦਾ ਤਾਂ ਉਹ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਉਹ ਜਾਂਚ ਕਰਨੀ ਔਖੀ ਹੋ ਜਾਂਦੀ ਹੈ ਕਿ ਇਹ ਵੀਡੀਓ ਪੁਰਾਣੀ ਆ ਜਾਂ ਫਿਰ ਨਵੀਆਂ ਤਾਂ ਪੁਲਿਸ ਵੱਲੋਂ ਰਸਤਾ ਕੋਈ ਨਹੀਂ ਲੱਭੇ ਜਾਂਦਾ ਸਿਰਫ ਤੇ ਸਿਰਫ ਉਹ ਐਫ ਆਈ ਆਰ ਦਰਜ ਕਰਨ ਤੋਂ ਇਲਾਵਾ ਤਾਂ ਅੱਜ ਇੱਕ ਵੀਡੀਓ ਤੇ ਜਿਹਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਲੜਕੀ ਆਪਣੇ ਘਰ ਦੀ ਛੱਤ ਉੱਤੇ ਖੜ ਕੇ ਸੱਤ ਫਾਇਰ ਕਰਦੀ ਆ ਤਾਂ ਉਹ ਵੀਡੀਓ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਉਹਦਾ ਪਰਿਵਾਰ ਲੜਕੀ ਦਾ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਪਿਤਾ ਮੌਜੂਦ ਹੈ ਆ ਪਾਜੀ ਨਾਮ ਕੀ ਆਪਣਾ ਜੀ ਅਮਰਤਪਾਲ ਸਿੰਘ ਸੰਧੂ ਜੀ ਅਮਰਤਪਾਲ ਜੀ ਤੁਹਾਡੀ ਬੇਟੀ ਹੈ ਜਿਨੇ ਜਿਹੜੀ ਫਾਇਰਿੰਗ ਕੀਤੀ ਹਾਂਜੀ ਹਾਂਜੀ ਮੇਰੀ ਬੇਟੀ ਹੈ ਜੀ ਤੱਕ ਇੱਕਦੋ ਦੀ ਵੀਡੀਓ ਤੁਸੀਂ ਪੁਰਾਣੀ ਦੱਸ ਰਿਹਾ ਲੋਕ ਹੁਣ ਵਾਇਰਲ ਕਰਦੇ ਨੇ ਨਹੀਂ ਜੀ ਇਹ 1 ਜਨਵਰੀ 2022 ਦੀ ਰਾਤ ਨੂੰ 12:38 ਮਿੰਟ ਤੇ ਇਹ ਫਾਇਰਿੰਗ ਕੀਤੀ ਆ ਉਸ ਤੋਂ ਬਾਅਦ ਉਸੇ ਵੇਲੇ ਹੀ ਡਿਲੀਟ ਕਰ ਦਿੱਤੀ ਗਈ ਹੈ ਇੱਕ ਸਾਲ ਪੁਰਾਣੀ ਡਿਲੀਟ ਹੋ ਚੁੱਕੀ ਹੈ ਅੱਛਾ ਸਬੂਤ ਹੈਗਾ ਇਹਦਾ ਕੋਈ ਬਿਲਕੁਲ ਹੈਗਾ ਜੀ ਦਿਖਾਓ ਫਿਰ ਸਬੂਤ ਇੱਕ ਵਾਰ ਤਾਂ ਬਿਲਕੁਲ ਇਹ ਇਹ ਟਾਈਮ ਦੇਖ ਸਕਦੇ ਹੋ ਜਿਵੇਂ ਕਿ 1 ਜਨਵਰੀ 2022 12:38 ਮਿੰਟ ਦੇ ਉੱਤੇ ਤੁਸੀਂ ਇਹ ਪੋਸਟ ਪਾਈ ਸੀ ਕਿ ਡਿਲੀਟ ਕੀਤੀ ਸੀ ਡਿਲੀਟ ਕੀਤੀ ਹੈ ਯਾਨੀ ਕਿ ਉਸ ਤੋਂ ਪਹਿਲਾਂ ਪਾਈ ਸੀ ਤੇ 1 ਮਿੰਟ ਦੇ ਹੋਈ ਹੈ ਜੀ ਫਾਇਰਿੰਗ 12:38 ਮਿੰਟ ਤੇ ਡਿਲੀਟ ਹੋ ਚੁੱਕੀ ਹੈ ਉਸ ਦਿਨ ਹੀ ਇੱਕ ਸਾਲ ਪੁਰਾਣੀ ਵੀਡੀਓ ਡਿਲੀਟ ਹੋ ਚੁੱਕੀ ਆ ਪਰ ਇਹ ਕੋਈ ਕੋਈ ਜੇ ਸ਼ਰਾਰਤੀ ਅਨਸਰ ਨੇ ਇਹਨਾਂ ਨੇ ਸਾਡੀ ਬੇਟੀ ਦੀ ਵੀਡੀਓ ਵਾਇਰਲ ਅੱਜ ਸਵੇਰ ਦੀ ਇਹਦੇ ਤੇ ਕੀਤੀ ਹੋਈ ਹੈ ਚੈਨਲਾਂ ਤੇ ਪਰ ਸ਼ਰਾਰਤੀ ਅਨਸਰ ਹੈਗੀ ਕੌਣ ਨੇ ਇਹ ਵੀ ਜਾਣਨਾ ਚਾਣਗੇ ਨਾ ਦਰਸ਼ਕ ਕਿਉਂਕਿ ਵੱਡੀ ਗੱਲ ਹੈ ਕਿ ਸਰਕਾਰ ਵੱਲੋਂ ਕਿਹਾ ਗਿਆ ਕਿ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਨਾ ਤਾਂ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣਾ ਵੱਡੀ ਗੱਲ ਹੈ ਤਾਂ ਸ਼ਰਾਰਤੀ ਅਨਸਰ ਕੌਣ ਨੇ ਇਹ ਜੀ ਸਾਡੀ ਕਲੋਨੀ ਦੇ ਨੇ ਜੀ ਮਤਲਬ ਚਾਹਦੇ ਵੀ ਨਹੀਂ ਤੇ ਰਹਿਣ ਵਾਲੇ ਆ ਉਹਨਾਂ ਨੇ ਵੀਡੀਓ ਕਿੱਥੇ ਰੱਖੀ ਆ ਤੇ ਉਹਨਾਂ ਨੇ ਜਦੋਂ ਪਤਾ ਲੱਗਾ ਵੀ ਇਹਨਾਂ ਦਾ ਰਾਜ਼ੀ ਨਾਵਾ ਨਹੀਂ ਹੁੰਦਾ ਤਾਂ ਉਹਨਾਂ ਨੇ ਮੇਰੇ ਇਹ ਰਾਜੀਨਾਵਾ ਕਰਨ ਦੀ باوجود ਇਹਨਾਂ ਨੇ ਮੇਰੇ ਨਾਲ ਹੁਣ ਧੱਕਾ ਕਰਨ ਦੇ ਕਿ ਵੀਡੀਓ ਵਾਇਰਲ ਕਰਦੇ ਆ। ਪਾਜੀ ਵਿਸਥਾਰ ਦੇ ਵਿੱਚ ਮੈਨੂੰ ਦੱਸੋ ਰਾਜੀਨਾਵਾ ਕਰਨਾ ਕਿਸ ਚੀਜ਼ ਦਾ ਵਾ ਕੀ ਹੋਇਆ ਕੀ ਹੈ ਵਿਸਥਾਰ ਦੇ ਵਿੱਚ ਦੱਸੋ। ਪਾਜੀ ਇਹ 8-10 ਬੰਦੇ 24 ਤਰੀਕ ਸ਼ਾਮ ਨੂੰ ਆਣ ਕੇ ਮੇਰੇ ਅੰਦਰ ਗੈਸਟ ਬੈਠੇ ਸੀ ਰੈਸਟੋਰੈਂਟ ਦੇ ਵਿੱਚ। ਇਹਨਾਂ ਨੇ ਆਣ ਕੇ ਅੰਦਰ ਕਿਹੜੀ ਜਗ੍ਹਾ ਤੁਹਾਡਾ? ਮੇਰਾ ਫਤਿਹਗੜ ਚੂੜੀਆਂ ਜੀ ਐਚਪੀ ਪੈਟਰੋਲ ਪੰਪ ਦੇ ਸਾਹਮਣੇ ਬੈਕਯਾਰਡ ਬਾਉਲਸ ਦੇ ਨਾਂ ਤੇ ਆ। ਇਹਨਾਂ ਨੇ ਆਣ ਕੇ 10-12 ਤਿੰਨ ਕੁ ਜਨਾਨੀਆਂ 7-8-10 ਬੰਦੇ ਆਣ ਕੇ ਅੰਦਰ ਇਹਨਾਂ ਨੇ ਇੱਕ ਗੋਰੇ ਨਾਵਾ ਬੰਦਾ ਆ ਉਹਦੇ ਤੇ ਹਮਲਾ ਕੀਤਾ ਇਹਨਾਂ ਨੇ ਉਹਦੀਆਂ ਆਪਣੇ ਕੋਲ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਵੀ ਹੈਗੀਆਂ ਨੇ ਬਿਲਕੁਲ ਮੈਂ ਚਾਹਾਂਗਾ ਕਿ ਸੀਸੀਟੀਵੀ ਅਸੀਂ ਨਾਲ ਜ਼ਰੂਰ ਅਟੈਚ ਕਰੀਏ ਤਾਂ ਉਹ ਹਮਲਾ ਕਿ ਕਰਨ ਦਾ ਕਾਰਨ ਕੀ ਸੀ ਇਹਨਾਂ ਦਾ ਜੀ ਕੋ ਆਪਸੀ ਪੰਚਾਇਤੀ ਹੈਗਾ ਮਸਲਾ ਪਰ ਮੈਨੂੰ ਵਿੱਚ ਜਾਣ ਕੇ ਇਨਵੋਲਵ ਕਰ ਰਹੇ ਪਰ ਮੇਰੇ ਮੇਰੀ ਪ੍ਰਾਪਰਟੀ ਦੇ ਮੇਰਾ ਰੈਸਟੋਰੈਂਟ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਮੇਰੇ ਰੈਸਟੋਰੈਂਟ ਤੇ ਆਣ ਕੇ ਤੇ ਕਿਸੇ ਬਸੇ ਬੰਦੇ ਨੂੰ ਫੜ ਕੇ ਬਾਹਰ ਖੜ ਕੇ ਉਹਨੂੰ ਚਪੇੜਾ ਮਾਰਨੀ ਆ ਮੈਂ ਸਿਰਫ ਇਹਨਾਂ ਨੂੰ ਇਹੋ ਹੀ ਕਿਹਾ ਕਿ ਤੁਸੀਂ ਇੱਕ ਸਾਈਡ ਤੇ ਹੋ ਕੇ ਜੋ ਗੱਲ ਕਰਨੀ ਹੈ ਤਾਂ ਗੋਰੇ ਨਾਲ ਨਾ ਕਰੋ ਮੇਰੇ ਨਾਲ ਨਾ ਕਰੋ ਇਹਨਾਂ ਨੇ ਮੈਨੂੰ ਇਹੋ ਹੀ ਕਿਹਾ ਕਿ ਗੋਰੇ ਨੂੰ ਬਾਹਰ ਕੱਢੋ ਅਸੀਂ ਗੋਰੇ ਨੂੰ ਮਾਰ ਦੇਣਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਪੁਲਿਸ ਆਈ ਹੈ ਪੁਲਿਸ ਨੇ ਮਤਲਬ ਇਹਨਾਂ ਨੂੰ ਇੱਕ ਸਾਈਡ ਤੇ ਕਰ ਦਿੱਤਾ ਆ ਪਰ ਇਹ ਮਤਲਬ ਜਾਣ ਕੇ ਗਾਲ ਮੰਦਾ ਸਾਨੂੰ ਕਰੀ ਜਾਂਦੇ ਨੇ ਵੀ ਇਹ ਰਾਜੀ ਨਾ ਬਣੀ ਕਰਨਾ ਸਾਨੂੰ ਇਹ ਮਤਲਬ ਜਾਣ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਪਸੇ ਉਲਝਾਉਣ ਵਾਸਤੇ ਸਾਡੀ ਇਹ ਬੇਟੀ ਦੀ ਵੀਡੀਓ ਵਾਇਰਲ ਕੀਤੀ ਇਹਨਾਂ ਬੰਦਿਆਂ ਨੇ ਨਹੀਂ ਤੇ ਵੱਡੀ ਗੱਲ ਹੈ ਕਿ ਤੁਹਾਡੀ ਬੇਟੀ ਦੀ ਵੀਡੀਓ ਇਹਨਾਂ ਦੇ ਕੋਲ ਕਿਸ ਤਰ੍ਹਾਂ ਪਹੁੰਚੀ ਹਾਲਾਂਕਿ ਤੁਸੀਂ 1 ਸਾਲ ਪਹਿਲਾਂ ਇਹਨੂੰ ਡਿਲੀਟ ਕਰ ਦਿੱਤਾ ਤਾਂ ਉਹਨਾਂ ਦੇ ਕੋਲ ਪਹੁੰਚੀ ਕਿਸ ਤਰ੍ਹਾਂ ਹੈ ਵੀਡੀਓ ਇਹ ਜੀ ਇਹਨਾਂ ਨੇ ਵੀਡੀਓ ਇਹ ਤੋਂ ਲਈ ਹੋਈ ਆ WhatsApp ਤੋਂ ਲਈ ਆ ਜਿਹੜੀ ਬੇਟੀ ਆ ਸਰਪੰਚ ਸਾਹਿਬ ਦੀ ਉਹ ਪੜਦੀ ਆ ਮੇਰੀ ਬੇਟੀ ਦੇ ਨਾਲ ਇਥੇ ਜਿੰਨਾ ਵੱਲੋਂ ਦਰਖਾਸਤ ਦਿੱਤੀ ਗਈ ਆ ਉਹਨਾਂ ਦੀ ਬੇਟੀ ਤੁਹਾਡੀ ਬੇਟੀ ਆਪਸੇ ਸਹੇਲੀਆਂ ਨੇ ਹਾਂ ਜੀ ਸਹੇਲੀਆਂ ਨੇ ਜੀ ਪੜਦੀਆਂ ਨੇ ਪਹਿਲਾਂ ਸੀ ਹਾਂ ਜੀ ਤੇ ਹੁਣ 13 ਸਾਲ ਸਾਰੀ ਬੇਟੀ ਦੀ ਉਮਰ ਆ ਪਰ ਇਹਨਾਂ ਨੇ ਸਾਰਾ ਫਿਊਚਰ ਉਹਦਾ ਬੇਟੀ ਦਾ ਖਰਾਬ ਕਰ ਦੇਣਾ ਇਹਨਾਂ ਨੇ ਫੋਟੋ ਪਾਤੀ ਆ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਇਹਦੀ ਮੈਂ ਜਿਆ ਕਮਿਸ਼ਨਰ ਸਾਹਿਬ ਦੇ ਦਰਖਾਸਤ ਦਊਂਗਾ ਉਹਨਾਂ ਦੇ ਖਿਲਾਫ ਕਿ ਮੇਰੀ ਬੇਟੀ ਦੀ 13 ਸਾਲ ਦੀ ਏਜ ਦੇ ਵਿੱਚ ਇਹਨਾਂ ਨੇ ਮੇਰੀ ਬੇਟੀ ਦੀ ਵੀਡੀਓ ਵਾਇਰਲ ਕੀਤੀ ਹੈ ਜੋ ਕਿ ਨਿਊਜ਼ ਚੈਨਲਾਂ 'ਤੇ ਆ ਰਹੀ ਹੈ ਸਵੇਰ ਦੀ ਅੱਜ ਇਸ ਵਕਤ ਉਮਰ ਇਹਦੀ 13 ਸਾਲ ਹੈ ਕਿ 13 13.5 ਸਾਲ ਉਮਰ ਹੈ ਸਾਰੀ ਜੀ ਹਾਂ 14ਵੇਂ ਸਾਲ ਚ ਆ ਤੇ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਹਥਿਆਰਾਂ ਨੂੰ ਪ੍ਰੋਮੋਟ ਨਹੀਂ ਕਰਨਾ ਅਸੀਂ ਮੰਨਦੇ ਹਾਂ ਕਿ ਸਰਕਾਰ ਨੇ ਹੋਂਨ ਹਦਾਇਤਾਂ ਦਿੱਤੀਆਂ ਨੇ ਤਾਂ ਲੱਗਦਾ ਕਿ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਦੇਣਾ ਚਾਹੀਦਾ ਗੋਲੀ ਚਲਾਨੀ ਕੋਈ ਚੰਗੀ ਗੱਲ ਨਹੀਂ ਹੈ ਨਹੀਂ ਜੀ ਬਿਲਕੁਲ ਇਹ ਗਲਤ ਹੈ ਗਾਇ ਤੇ ਕਰਨਾ ਹੀ ਨਹੀਂ ਚਾਹੀਦਾ ਅਸੀਂ ਇਹ ਗੱਲ ਨੂੰ ਵੀ ਗਲਤੀ ਫੀਲ ਕਰਦੇ ਹਾਂ ਵੀ ਅਸੀਂ ਮਤਲਬ ਗਲਤ ਕੀਤਾ ਹੈ ਪਰ ਇਹ ਅਕਤੂਬਰ ਮਹੀਨੇ ਦੇ ਵਿੱਚ ਸਰਕਾਰ ਨੇ ਨੋਟਿਸ ਲਿਆਂਦਾ ਕਿ 72 ਘੰਟੇ ਦੇ ਵੀਡੀਓ ਡਿਲੀਟ ਕਰੋ ਪਰ ਅਸੀਂ ਜਨਵਰੀ ਮਹੀਨੇ ਦੀ ਡਿਲੀਟ ਕਰ ਚੁੱਕੇ ਹਾਂ ਅੱਜ ਤੋਂ 11 ਮਹੀਨੇ ਪਹਿਲਾਂ ਮੇਰੀ ਵੀਡੀਓ ਡਿਲੀਟ ਹੋ ਚੁੱਕੀ ਹੈ ਮੇਰੇ ਕੋ ਪਰੂਫ ਹੈ ਉਹਦਾ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਲੜਕੀ ਤੁਹਾਡੀ ਲੜਕੀ ਦੀ ਸਹੇਲੀ ਹੈ ਉਹਨਾਂ ਦਾ ਸਾਲ ਪਹਿਲਾਂ ਹੀ ਪਲਾਨ ਸੀ ਕਿ ਆਪਾਂ ਵੀਡੀਓ ਆਪਣੇ ਕੋਲ ਸਾਂਭ ਕੇ ਰੱਖੀਏ ਜਦੋਂ ਸਾਨੂੰ ਲੋਡ ਪੈਗੀ ਤਾਂ ਆਪਾਂ ਇਹਨੂੰ ਵਾਇਰਲ ਕਰਤਾ ਹਾਂਜੀ ਜੋ ਉਹਨਾਂ ਨੂੰ ਜੋ ਲੋਡ ਪਈ ਆ ਉਹਨਾਂ ਨੇ ਤਾਂ ਹੀ ਕੱਲ ਚੌਂਕੀ ਕਿਹਾ ਵੀ ਤੁਹਾਡਾ ਨਾ ਸੀ ਵੇਖਣਾ ਜੇ ਤੁਸੀਂ ਨਾ ਬੰਦੇ ਦੇ ਪੁੱਤ ਬਣੇ ਇਹਨਾਂ ਨੇ ਕੱਲ ਹੀ ਧਮਕੀ ਦਿੱਤੀ ਜੀ ਉੱਥੇ ਮੈਨੂੰ ਚੌਂਕੀ ਚੀ ਹਾਂਜੀ ਪੁਲਿਸ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਤੁਸੀਂ ਹਾਂਜੀ ਪੁਲਿਸ ਨੂੰ ਜਾਣੂ ਕਰਵਾਤਾ ਜੀ ਸਵੇਰ ਦਾ ਹੀ ਪਤਾ ਲੱਗਾ ਸਾਨੂੰ ਤੇ ਬਾਕੀ ਅੱਜ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ ਅਸੀਂ ਤਰਖਾਸਤ ਦੇਣੀ ਹੈ ਇਹਨਾਂ ਦੇ ਖਿਲਾਫ ਕਿਉਂਕਿ ਬੱਚੀ ਦਾ ਫਿਊਚਰ ਖਰਾਬ ਕਰਤਾ ਇਹਨਾਂ ਨੇ ਕਿਉਂਕਿ ਬੱਚੀ ਨੂੰ ਪੜਾਉਣਾ ਲਿਖਾਉਣਾ ਬਾਅਦ ਚ ਉਹਦਾ ਵਿਆਹ ਕਰਨਾ ਜਾਂ ਬਾਅਦ ਦੇ ਵਿੱਚ ਹੋਰ ਕਈ ਫਿਊਚਰ ਹੁੰਦੇ ਨੇ ਤੇ ਉਹ ਸਾਨੂੰ ਇਹ ਕਹਿਣਗੇ ਵੀ ਇਹ ਮਤਲਬ ਗਲਤ ਹੈ ਗਿਆ ਇਹਨਾਂ ਦੀ ਵੀਡੀਓ ਆ ਰਹੀਆਂ ਚੈਨਲਾਂ 'ਤੇ ਇਸ ਕਰਕੇ ਇਹਨਾਂ ਨੇ ਕੱਲ ਸਾਨੂੰ ਚੌਂਕੀ ਜੀ ਕਹਿਤਾ ਸੀ ਵੀ ਅਸੀਂ ਰਾਜਨਾਵਾਂ ਢੜਨਾ ਕਰਨਾ ਅੱਜ ਭਾਈ ਜੀ ਇਹ ਜਿਹੜਾ ਪਿਸਤੋਲ ਹੈ ਜਿਹਦੇ ਨਾਲ ਗੋਲੀ ਚੱਲਦੀ ਪਈ ਹੈ ਇਹ ਕਿਹਦਾ ਪਿਸਤੋਲ ਹੈ ਮੇਰਾ ਆਪਣਾ ਜੀ ਤੁਹਾਡਾ ਹਾਂ ਸੈਂਸੀ ਹੈ ਭਾਈ ਸੈਂਸੀ ਹੈ ਜੀ ਮੇਰੋ ਕਿੰਨੀ ਦੇਰ ਤੋਂ ਪਹਿਲਾਂ ਤੁਸੀਂ ਲਾਇਸੈਂਸ ਬਣਾਇਆ ਕਦੋਂ ਦੀ ਤੁਹਾਡੀ ਪਿਸਤੋਲ ਤੁਹਾਡੇ ਕੋਲ ਦੋ ਸਾਲ ਪੁਰਾਣਾ ਜੀ ਮੇਰਾ ਬਿਜ਼ਨਸ ਹੈ ਆਪਣਾ ਰੈਸਟੋਰੈਂਟ ਹੈ ਮੇਰਾ ਨਾਲ ਮੇਰੇ ਕੋਲ 7-8 ਗੱਡੀਆਂ ਨੇ ਆਈਸਕ੍ਰੀਮ ਦੀਆਂ ਤੇ ਇਸ ਕਰਕੇ ਸਾਡੇ ਕੋ ਕੈਸ਼ ਹੁੰਦਾ ਹੈ ਇਸ ਕਰਕੇ ਅਸੀਂ ਆਪਣੀ ਸੇਫਟੀ ਵਾਸਤੇ ਰੱਖਿਆ ਹੋਇਆ ਹਾਂ ਹਾਂਜੀ ਤੁਹਾਨੂੰ ਪਤਾ ਕਦੋਂ ਲੱਗਾ ਸੀ ਕਿ ਇਹ ਵੀਡੀਓ ਵਾਇਰਲ ਹੋ ਗਈ ਆ ਜਾਂ ਫਿਰ ਚੈਨਲਾਂ ਵਿੱਚ ਪਹਿਲੀ ਵਾਰੀ ਹੁਣ ਕਦੋਂ ਵੇਖੀ ਇਹ ਸਵੇਰੇ ਜੀ ਜਦੋਂ ਤੇ ਮੈਂ ਕੱਲ ਇੱਕ ਫੰਕਸ਼ਨ ਹੀ ਮੇਰੇ ਸੋਹਰਾ ਸਾਹਿਬ ਦੇ ਪਰਿਵਾਰ ਦੇ ਵਿੱਚ ਮੈਂ ਉਧਰ ਬਿਜੀ ਹਾਂ ਜੀ ਤੇ ਮੈਂ ਇਸ ਕਰਕੇ ਮਤਲਬ ਪੁਲਿਸ ਨੂੰ ਕਹਤਾ ਵੀ ਮੈਂ ਆ ਬਾਅਦ ਆਵਾਂਗਾ ਜੇ ਮੈਂ ਬਿਜੀ ਹਾਂ ਮਤਲਬ ਫੰਕਸ਼ਨ ਦੇ ਵਿੱਚ ਤੇ ਇਹਨਾਂ ਨੇ ਕੱਲ ਦੀ ਵੀਡੀਓ ਕਿਤੇ ਚੁੱਕ ਕੇ ਇਹਨਾਂ ਨੇ ਪਾਤੀ ਜੀ ਚੈਨਲਾਂ 'ਤੇ ਅੱਛਾ ਪੁਲਿਸ ਨੇ ਤੁਹਾਨੂੰ ਸਿਰਫ ਆਉਣ ਵਾਸਤੇ ਕਿਹਾ ਵਈ ਜਾਂ ਫਿਰ ਤੁਹਾਨੂੰ ਕਹਿ ਦਿੱਤਾ ਕਿ ਕੇ ਮਾਮਲਾ ਦਰਜ ਹੋ ਚੁੱਕਿਆ ਤੁਹਾਡੇ ਨਹੀਂ ਜੀ ਉਹਨਾਂ ਨੇ ਆਉਣ ਵਾਸਤੇ ਕਿਹਾ ਆ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਮਤਲਬ ਆ ਗੱਲ ਹੋਈ ਆ ਤੁਹਾਡੀ ਬੇਟੀ ਦੀ ਇੱਕ ਵੀਡੀਓ ਵਾਇਰਲ ਹੋਈ ਆ ਤੇ ਬਾਦ ਦੇ ਵਿੱਚ ਚਲੀ ਗਈ ਇਹ ਪੁਲਿਸ ਵਾਪਸ ਭਾਜੀ ਕਿਹੜੀ ਕਿਹੜੀ ਪਿਸਟਲ ਹੈ ਜਿਹਦੇ ਨਾਲ 7 ਫਾਇਰ ਕੀਤੇ ਗਏ ਇਹ ਜੀ ਬਤੀਪੁਰ ਦਾ ਪਿਸਟਲ ਹੈ ਜੀ 7 ਫਾਇਰ ਜੀ ਹਾਂ ਜੀ ਹਾਂ ਜੀ ਤਾਂ ਹੋਰ ਕੀ ਹੁਣ ਮੰਗ ਕਰਦੇ ਜੇ ਕੋਈ ਕਿਉਂਕਿ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੋਈ ਆਪਣੀ ਦੁਸ਼ਮਣੀ ਕੱਢਣ ਵਾਸਤੇ ਵੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰ ਦਿੰਦਾ ਜਿਹਦੇ ਵਿੱਚ ਕਿਤੇ ਨਾ ਕਿਤੇ ਪਰਿਵਾਰ ਦਾ ਘਾਟਾ ਹੋ ਜਾਂਦਾ ਜਿਹੜੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੁਣ ਪ੍ਰਸ਼ਾਸਨ ਕੋ ਸਰਕਾਰ ਕੋ ਕੀ ਮੰਗ ਕਰਦੇ ਮੈਂ ਇਹ ਮੰਗ ਕਰਦਾ ਜੀ ਸਰਕਾਰ ਕੋਲੋਂ ਕਿ ਅਕਤੂਬਰ ਮਹੀਨੇ 'ਚ ਇਹਨਾਂ ਨੇ ਬੈਨ ਲਾਇਆ ਸੀ ਤੇ ਅਸੀਂ ਇਹ ਤੋਂ ਸਾਲ ਪਹਿਲਾਂ ਵੀਡੀਓ ਟਰੇਡ ਕਰਦੀ ਆ ਪਰ ਇਹਨਾਂ ਨੇ ਮੇਰੀ ਰੰਜਿਸ਼ ਕੱਢਣ ਵਾਸਤੇ ਮੇਰੀ ਬੇਟੀ ਦੀ ਵੀਡੀਓ ਵਾਇਰਲ ਕੀਤੀ ਹੈ ਅੱਛਾ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਤੇ ਕਿਉਂਕਿ ਵੱਡੀ ਗੱਲ ਹੈ ਕਿ ਦੇਖੋ ਵੀਡੀਓ ਤੁਸੀਂ 1 ਸਾਲ ਪਹਿਲਾਂ ਡਿਲੀਟ ਕਰ ਦਿੱਤੀ ਆ ਉਸ ਤੋਂ ਬਾਅਦ ਜਦੋਂ ਕੋਈ ਵਾਇਰਲ ਕਰਦਾ ਤਾਂ ਫਿਰ ਕਾਰਵਾਈ ਉਹਦੇ ਉੱਤੇ ਵੀ ਬਣਦੀ ਹੈ ਕਿ ਤੁਸੀਂ ਵਾਇਰਲ ਕਿਉਂ ਕਰਦੇ ਪਏ ਜੇ ਕਿਉਂਕਿ ਹਥਿਆਰਿਆਂ ਨੂੰ ਪ੍ਰੋਮੋਟ ਕਰਨਾ ਸਰਕਾਰ ਵੱਲੋਂ ਨਾ ਨਾ ਕੀਤੀ ਗਈ ਤੁਸੀਂ ਉਹਨਾਂ ਤੇ ਕਾਰਵਾਈ ਦੀ ਕੀ ਮੰਗ ਕਰਦੇ ਮੈਂ ਮੰਗ ਇਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚ ਬੱਚੇ ਦਾ ਸਾਰਾ ਫਿਊਚਰ ਖਰਾਬ ਹੋ ਜਾਂਦਾ ਬੱਚਾ ਸਕੂਲ ਜਾਂਦਾ ਆ ਸਾਨੂੰ ਹੋਰ ਵੀ ਲੋਕ ਆਖਣਗੇ ਵੀ ਤੁਹਾਡੇ ਬੱਚੇ ਜਿਹੜੇ ਕੋਠੇ ਚੱਟੜ ਫੇਰ ਕਰਦੇ ਇਹ ਬਹੁਤ ਮੈਂ ਜਾ ਇਹਨਾਂ ਦੇ ਕਾਨੂੰਨੀ ਕਾਰਵਾਈ ਚਾਹੁੰਨਾ ਜਿਹੜੇ ਬੰਦਿਆਂ ਨੇ ਮੇਰੇ ਵੀਡੀਓ ਵਾਇਰਲ ਕਰਾਈ ਹੈ ਬਜੀ ਬੇਟੀ ਪੜਦੀ ਕਿੰਨੀ ਜੀ ਇਹ ਜੀ 9th ਕਲਾਸ ਚ ਹੈ ਸਪ੍ਰਿੰਗ ਡੇਲ ਦੀ ਵਿਦਿਆਰਥਣ ਹੈ ਹਾਂ ਜੀ 9th ਕਲਾਸ ਤਾਂ ਬਿਲਕੁਲ ਉਸ ਬੱਚੀ ਦੇ ਪਿਤਾ ਨੇ ਜਿਹਦੇ ਵੱਲੋਂ ਆਪਣੇ ਘਰ ਦੀ ਛੱਤ ਉੱਤੇ ਖੜ ਕੇ ਸੱਤ ਫਾਇਰ ਕੀਤੇ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਇਹਨਾਂ ਦੇ ਮੁਤਾਬਕ ਇਹਨਾਂ ਵੱਲੋਂ ਪ੍ਰੂਫ ਵੀ ਜਿਹੜਾ ਸਾਹਮਣੇ ਰੱਖਿਆ ਗਿਆ ਕਿ ਜਿਹੜੀ ਬੇਟੀ ਨੇ ਫਾਇਰ ਕੀਤੇ ਆ ਉਹ ਪਿਛਲੇ ਸਾਲ ਕੀਤੇ ਸੀ ਜਿਹੜੇ ਅਸੀਂ ਅਗਲੇ ਦਿਨ ਹੀ ਡੇ ਦਿਨ ਹੀ ਡੀਲੀਟ ਕਰ ਦਿੱਤੇ ਸੀ ਪਰ ਰੰਜਿਸ਼ ਕੱਢੀ ਗਈ ਸਾਡੇ ਨਾਲ ਇਸ ਪਰਿਵਾਰ ਵੱਲੋਂ ਇਹਨਾਂ ਦੇ ਜਿਹੜਾ ਬੇਟੀ ਦਾ ਪਿਤਾ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਰੰਜਿਸ਼ ਕੱਢਣ ਵਾਸਤੇ ਇਹ ਵੀਡੀਓ ਅੱਜ ਵਾਇਰਲ ਕੀਤੀ ਗਈ ਆ ਤਾਂ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਦੇ ਕੋਲ ਮੰਗ ਕਰਦੇ ਹਾਂ ਕਿ ਜਾਂਚ ਕੀਤੀ ਜਾਵੇ ਸਾਈਬਰ ਦੇ ਵਿੱਚੋਂ ਖਾਸ ਜਾਂਚ ਹੋਵੇ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਵੀਡੀਓ ਵਾਇਰਲ ਕਿੰਨੇ ਕੀਤੀ ਹੈ ਚਲਾਨੀ ਜਿਹੜੀ ਗੋਲੀ ਚਲਾਈ ਗਈ ਹੈ ਉਹ ਤੇ ਅਸੀਂ ਕਹਿ ਸਕਦੇ ਕਿ ਹਦਾਇਤਾਂ ਦੇਣ ਤੋਂ ਬਾਅਦ ਲੋਕਾਂ ਨੇ ਡੀਲੀਟ ਕਰ ਦਿੱਤੀ ਸੀ ਇਹਨਾਂ ਨੇ ਤੇ ਪਹਿਲਾਂ ਹੀ ਕਰ ਦਿੱਤੀ ਸੀ ਪਰ ਜੇਕਰ ਕੋਈ ਇਹਨੂੰ ਹੁਣ ਵਾਇਰਲ ਕਰਦਾ ਤਾਂ ਉਹਦੇ ਉੱਤੇ ਕਾਰਵਾਈ ਕੀ ਕੀਤੀ ਜਾਏਗੀ ਇਹ ਪ੍ਰਸ਼ਾਸਨ ਦੇ ਅੱਗੇ ਵੀ ਕਿਤਨੇ ਕਿਤੇ ਸਵਾਲ ਖੜੇ ਆ ਕੈਮਰਾਮੈਨ ਸੰਦੀਪ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸ਼ਪ ਪੰਜਾਬੀ ਅਮਰਸਾ